ਬਾਹਰ ਨਿਕਲਦੇ ਹਾਂ ਨਾ, ਬਾਥਰੂਮ ਕਰਦੇ ਆ ਉਹ ਸਾਡੀ ਗਲੀ ਦੇ ਵਿੱਚ ਖੜ੍ਹ ਕੇ ਸਾਡੇ ਸਾਹਮਣੇ। ਜਦ ਅਸੀਂ ਇੱਧਰ ਦਾਦੇ ਨੂੰ ਲਾਉਣ ਜਾ ਰਹੇ ਤੇ ਵੀ ਇਹਨੇ ਫੜ ਲਿਆ ਸੀਗਾ, ਫਿਰ ਇਹਨੂੰ ਕੁੱਟਿਆ ਸੀਗਾ, ਅਸੀਂ ਨਾਲ ਦੀਆਂ ਭੱਜੇ ਜਾ ਰਹੇ ਸੀਗੇ। ਸਰਕਾਰ ਕਹਿੰਦੀ ਆ ਬੇਟੀ ਪੜਾਓ ਬੇਟੀ ਬਚਾਓ, ਮੈਂ ਤਿੰਨੇ ਕੁੜੀਆਂ ਨੂੰ ਲੈ ਕੇ ਮੁੰਡੇ ਨੂੰ ਛੱਡ ਕੇ ਤਿੰਨੇ ਕੁੜੀਆਂ ਨੂੰ ਲੈ ਕੇ ਨਹਿਰ ਦੇ ਨਾਲ ਮਾਰ ਕੇ ਮਰ ਜੂਗਾ। ਇਹਨਾਂ ਤਸਵੀਰਾਂ 'ਚ ਫੁੱਟ ਫੁੱਟ ਕੇ ਰੋ ਰਹੀ ਇਹ ਔਰਤ ਹਸਪਤਾਲ ਦੇ ਬੈੱਡ 'ਤੇ ਇਲਾਜ ਲਈ ਪਈ ਇਸ ਕੁੜੀ ਦੀ ਦਾਦੀ ਹੈ, ਜਿਸ ਵੱਲੋਂ ਉਸਦੀ ਪੋਤੀ ਅਤੇ ਇੱਕ ਹੋਰ ਕੁੜੀ ਨਾਲ ਇਹਨਾਂ ਦੇ ਗੁਆਂਢੀਆਂ ਦੇ ਮੁੰਡੇ 'ਤੇ ਛੇੜ ਦਾ ਵਿਰੋਧ ਕਰਨ ਅਤੇ ਮਾਰਕੁੱਟ ਕਰਨ ਦੇ ਇਲਜ਼ਾਮ ਲਾਏ ਜਾ ਰਹੇ ਨੇ। ਇਸ ਔਰਤ ਦੇ ਇਹਨਾਂ ਇਲਜ਼ਾਮਾਂ ਦੀ ਪੁਸ਼ਟੀ ਛੇੜਛਾੜ ਅਤੇ ਕੁੱਟਮਾਰ ਦਾ ਸ਼ਿਕਾਰ ਦੱਸੀ ਜਾਂਦੀ ਇਹ ਪੀੜਿਤ ਕੁੜੀ ਵੀ ਕਰਦੀ ਹੈ, ਜਿਸ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਆਂਢੀਆਂ ਦਾ ਮੁੰਡਾ ਪਹਿਲਾਂ ਉਸ ਨੂੰ ਦੇਖ ਕੇ ਸੀਟੀਆਂ ਮਾਰਦਾ ਸੀ ਅਤੇ ਹੁਣ ਉਸਦੀ ਹਿੰਮਤ ਬਾਂਹ ਫੜਨ ਤੱਕ ਜਾ ਪਹੁੰਚੀ ਅਤੇ ਜਦੋਂ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਹਨਾਂ ਦਾ ਆਹ ਹੱਲ ਕਰ ਦਿੱਤਾ। ਜ਼ਰਾ ਸੁਣੋ ਕੁੜੀ ਦੀ ਜ਼ੁਬਾਨੀ ਸਾਰੀ ਕਹਾਣੀ। ਸਾਡੇ ਗੁਆਂਢੀ ਆ ਜੀ, ਰੋਜ਼ ਹੀ ਸਾਨੂੰ ਤੰਗ ਪਰੇਸ਼ਾਨ ਕਰਦੇ ਆ, ਗਾਲਾਂ ਕੱਢਦੇ ਆ, ਅਤੇ ਕੱਲ੍ਹ ਜਦ ਅਸੀਂ ਜਾ ਰਹੇ ਤਾਂ ਉਹਨੇ ਮੈਨੂੰ ਆਹ ਫੜ ਲਿਆ, ਮਤਲਬ ਕਿ ਅਤੇ ਫਿਰ ਮੈਨੂੰ ਹੁਣ ਰੋਜ਼ ਇਹ ਜਦ ਵੀ ਅਸੀਂ ਬਾਹਰ ਨਿਕਲਦੇ ਹਾਂ ਸਾਡਾ ਪਿੱਛਾ ਵੀ ਕਰਦੇ ਆ, ਸੀਟੀਆਂ ਵੀ ਮਾਰਦੇ ਆ, ਜਦ ਬਾਹਰ ਨਿਕਲਦੇ ਹਾਂ ਨਾ ਬਾਥਰੂਮ ਕਰਦੇ ਆ ਉਹ ਸਾਡੀ ਗਲੀ ਦੇ ਵਿੱਚ ਖੜ੍ਹ ਕੇ ਸਾਡੇ ਸਾਹਮਣੇ। ਅਤੇ ਕੱਲ੍ਹ ਜਦੋਂ ਮੈਂ ਜਾ ਰਹੀ ਸੀ ਨਾ, ਇਹਨਾਂ ਨੇ ਮੈਨੂੰ ਫੜ ਕੇ ਪਹਿਲਾਂ ਮੇਰੇ ਨਾਲ ਜ਼ਬਰਦਸਤੀ ਕੀਤੀ, ਅਤੇ ਬਾਅਦ ਵਿੱਚ ਜਦ ਮੈਂ ਇਹਨਾਂ ਨੂੰ ਝਿੜਕਿਆ ਤਾਂ ਮੈਨੂੰ ਫਿਰ ਕੁੱਟਿਆ ਇਹਨਾਂ ਨੇ ਬਹੁਤ। ਕੌਣ ਨੇ ਬੰਦੇ ਉਹ? ਸਾਡੇ ਗੁਆਂਢੀ ਹੋ ਜੀ। ਕੀ ਨਾਮ ਨੇ? ਇੱਕ ਵਿੱਕੀ ਹੈ ਜੀ, ਇੱਕ ਪੇਮਾ ਹੈ, ਮਤਲਬ ਇਹਨਾਂ ਦੀ ਸਪੋਰਟ ਜਸਵੀਰ ਸਿੰਘ ਜੱਸਾ ਕਰਦਾ ਅਤੇ ਜਾਗਰ। ਅੱਛਾ, ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ? ਵੀ ਇਹਨਾਂ ਸਾਨੂੰ ਇਹ ਜੇਲ੍ਹ 'ਚ ਜਾਣੇ ਚਾਹੀਦੇ, ਸਾਡੇ ਨਾਲ ਇਨਸਾਫ ਹੋਣਾ ਚਾਹੀਦਾ, ਇਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ। ਤਾਂ ਕੱਲ੍ਹ ਲੜਾਈ ਹੋਈ ਸੀਗੀ, ਅਸੀਂ ਵੀ ਸਾਰੇ ਸੀਗੇ ਨਾਲੇ, ਵੀ ਉਹ ਨਾ ਵੀ ਗਾਲਾਂ ਕੱਢਦੇ ਆ ਹਰ ਰੋਜ਼ੇ। ਕੱਲ੍ਹ ਫਿਰ ਜਦ ਅਸੀਂ ਇੱਧਰ ਦਾਦੇ ਨੂੰ ਬੁਲਾਉਣ ਜਾ ਰਹੇ ਤੇ ਵੀ ਇਹਨੇ ਫੜ ਲਿਆ ਸੀਗਾ, ਫਿਰ ਇਹਨੂੰ ਕੁੱਟਿਆ ਸੀਗਾ, ਅਸੀਂ ਨਾਲ ਸੀਗੇ ਭੱਜੇ ਜਾ ਰਹੇ ਸੀਗੇ, ਅਸੀਂ ਬੁਲਾਉਣ ਗਏ ਸੀਗੇ, ਵੀ ਹਰ ਰੋਜ਼ ਬਹੁਤ ਤੰਗ ਕਰਦੇ, ਬਹੁਤ ਗਾਲਾਂ ਕੱਢਦੇ ਆ। ਕਿੰਨੇ ਬੰਦੇ ਨੇ? ਇਹ ਵਿੱਕੀ ਆ ਪੇਮਾ, ਇਹਦੇ ਨਾਲ ਕਾਫ਼ੀ ਹੁੰਦੇ ਆ, ਬਾਕੀ ਸਾਨੂੰ ਹੋਰ ਦਾ ਪਤਾ ਨਹੀਂ ਹੈਗਾ। ਇਹਦੀ ਸਪੋਰਟ ਵੀ ਦਿੰਦੇ ਆ ਜਾਗਰ ਆ, ਜਸਵੀਰ ਸਿੰਘ ਆ, ਪਿੰਡ ਦਾ ਹੀ ਆ ਸਾਡੇ। ਕੀ ਮੰਗ ਕਰਦੇ ਤੁਸੀਂ? ਵੀ ਸਾਡੀ ਉਹ ਸੁਣੇ, ਵੀ ਕਾਨੂੰਨੀ ਸਾਨੂੰ ਇਨਸਾਫ ਮਿਲੇ। ਅਸਲ 'ਚ ਮਾਮਲਾ ਫਤਿਹਗੜ੍ਹ ਸਾਹਿਬ ਦੀ ਤਹਿਸੀਲ ਬੱਸੀ ਪਠਾਣਾ ਦੇ ਪਿੰਡ ਸ਼ਹੀਦਗੜ੍ਹ ਦਾ ਹੈ, ਜਿੱਥੋਂ ਦੀ ਵਸਨੀਕ ਕੁੜੀਆਂ ਦੇ ਇਸ ਬਾਪ ਮੁਤਾਬਕ ਇਹਨਾਂ ਹੋਣ 'ਤੇ ਵੀ ਉਹਨਾਂ ਦੇ ਜ਼ਿਲ੍ਹੇ ਦੀ ਪੁਲਿਸ ਕੋਈ ਸੁਣਵਾਈ ਨਹੀਂ ਕਰ ਰਹੀ। ਇੱਥੋਂ ਤੱਕ ਕਿ ਮੁਖੀ ਖੁਦ ਇੱਕ ਔਰਤ ਹੈ, ਅੱਕਿਆ ਹੋਇਆ ਬਾਪ ਸਰਕਾਰ ਨੂੰ ਮਹਿਣੇ ਮਾਰਦਾ ਕਹਿੰਦਾ ਹੈ ਕਿ ਉਸਨੇ ਤਿੰਨ ਬੇਟੀਆਂ ਬਚਾ ਵੀ ਲਈਆਂ ਨੇ ਅਤੇ ਪੜ੍ਹਾ ਵੀ, ਹੁਣ ਗੁੰਡੇ ਉਹਨਾਂ ਨੂੰ ਸ਼ਾਂਤੀ ਨਾਲ ਜਿਉਣ ਨਹੀਂ ਦਿੰਦੇ, ਤਾਂ ਉਹ ਕੀ ਕਰੇ। ਇਸ ਬਾਪ ਨੂੰ ਸ਼ਿਕਾਇਤ ਹੈ ਕਿ ਪੁਲਿਸ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕਰਦੀ ਅਤੇ ਹੁਣ ਉਹ ਆਪਣੀਆਂ ਤਿੰਨੇ ਬੇਟੀਆਂ ਸਮੇਤ ਨਹਿਰ 'ਚ ਛਾਲ ਮਾਰਨ ਤੋਂ ਇਲਾਵਾ ਹੋਰ ਕੋਈ ਉਸ ਨੂੰ ਰਾਹ ਨਹੀਂ ਦਿਸਦਾ। ਇਹ ਮੇਰੀ ਕੁੜੀਆਂ ਵੀ ਗਲਤ ਬੋਲਦੇ ਆ ਜੀ, ਗਾਲਾਂ ਕੱਢਦੇ ਆ, ਜਦੋਂ ਮੇਰੀਆਂ ਕੁੜੀਆਂ ਬਾਹਰ ਨਿਕਲਦੀਆਂ ਜੀ ਸੀਟੀਆਂ ਮਾਰਦੇ ਆ ਜੀ। ਰਾਤ ਮੇਰੀ ਕੁੜੀ ਲੜਾਈ ਹੋਈ ਜੀ, ਇਹਨੂੰ ਅੰਦਰ ਉੱਤੇ ਖਿੱਚਣ ਲੱਗੇ ਤੇ ਲੜਾਈ ਹੋਈ, ਅੰਦਰ ਖਿੱਚਣ ਲੱਗੇ ਆ ਅਤੇ ਮੇਰੀ ਮੰਮੀ ਨੂੰ ਬੁਲਾ ਕੇ ਲੈ ਗਏ। ਇਹ ਕੁੜੀ, ਇਹ ਮੇਰੀ ਭਤੀਜੇ ਜੀ ਮੇਰੇ ਕੋਲ ਰਹਿੰਦੀ ਹੈ ਜੀ, ਉਹ ਮੇਰਾ ਮੁੰਡਾ ਜੀ। ਇਹ ਕੁੜੀਆਂ ਬੁਲਾ ਕੇ ਲੈ ਗਈ, ਇਹਨੂੰ ਕੁੜੀ 'ਤੇ ਮਾਰਿਆ ਕੁੱਟਿਆ ਜੀ, ਟੰਡੇ ਸੋਟੇ ਮਾਰੇ। ਤੁਸੀਂ ਥਾਣੇ ਗਏ ਸੀ? ਥਾਣੇ ਗਏ ਹਾਂ ਜੀ। ਕੋਈ ਸੁਣਵਾਈ ਹੈ? ਸਾਡੀ ਕੋਈ ਸੁਣਵਾਈ ਨਹੀਂ ਜੀ। ਇਹਨਾਂ ਦਾ ਚਾਚਾ ਜੀ ਜਸਵੀਰ ਸਿੰਘ, ਸਾਬਕਾ ਸਰਪੰਚ ਜਾਗਰ ਸਿੰਘ, ਇਹਨਾਂ ਦੀ ਸੁਣਵਾਈ ਇਹਨਾਂ ਦੀ ਚੱਲਦੀ ਆ ਜੀ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਅੱਛਾ, ਤੁਸੀਂ ਇੱਕ ਗੱਲ ਹੋਰ ਕਹੀ ਸੀ, ਜੇ ਨਾ ਸੁਣਵਾਈ ਹੋਈ ਫਿਰ ਕੀ ਕਰੋਗੇ? ਅਸੀਂ ਤਾਂ ਇਹੀ ਮੰਗ ਕਰਦੇ ਹਾਂ ਜੀ, ਆਪਾਂ ਤਾਂ ਜੇ ਨਹੀਂ ਸੁਣਵਾਈ ਹੋਈ ਜੀ, ਮੇਰੇ ਤਿੰਨ ਕੁੜੀਆਂ, ਸਰਕਾਰ ਕਹਿੰਦੀ ਬੇਟੀ ਬਚਾਓ ਬੇਟੀ ਪੜ੍ਹਾਓ, ਮੈਂ ਹੁਣ ਤੱਕ ਪੜ੍ਹਾ, ਮੈਂ ਮਨ ਪੜ੍ਹਾਂ, ਮੈਂ ਅੰਗੂਠਾ ਛਾਪਾਂ ਜੀ, ਮੈਨੂੰ ਨਾਮ ਨਹੀਂ ਲਿਖਣਾ ਹੁੰਦਾ। ਸਰਕਾਰ ਕਹਿੰਦੀ ਆ ਬੇਟੀ ਪੜ੍ਹਾਓ ਬੇਟੀ ਬਚਾਓ, ਮੈਂ ਤਿੰਨੇ ਕੁੜੀਆਂ ਨੂੰ ਲੈ ਕੇ, ਮੈਂ ਮੁੰਡੇ ਨੂੰ ਛੱਡ ਕੇ ਤਿੰਨੇ ਕੁੜੀਆਂ ਨੂੰ ਲੈ ਕੇ ਨਹਿਰ 'ਚ ਛਾਲ ਮਾਰ ਕੇ ਮਰ ਜੂੰਗਾ, ਅਤੇ ਮੇਰੀ ਨਾ ਸੁਣਵਾਈ ਹੋਈ, ਮੈਂ ਬਹੁਤ ਦੁਖੀ ਹਾਂ ਜੀ, ਰੋਜ਼ ਦੀ ਗੱਲ, ਮੈਂ ਰੋਜ਼ ਗੱਲ ਨਹੀਂ ਸੁਣ ਸਕਦਾ ਹੈਗਾ, ਮੈਂ ਇੰਨਾ ਦੁਖੀ ਹਾਂ ਨਾ।
ਮੈਂ ਬਹੁਤ ਦੁਖੀ ਹਾਂ ਜੀ। ਆਹ ਮੇਰੀ ਕੰਚਰ ਉਹ ਸਾਹਿਬ ਜੀ ਆਹ ਹੀ ਨਾ, ਉਹ ਮੇਰੀ ਕੁੜੀ ਹੈ, ਮੇਰੀ ਭਤੀਜੀ ਹੈ ਜੀ, ਉੱਧਰ ਵੀ ਕਰ ਲਓ ਜੀ। ਮਾਮਲਾ ਗੰਭੀਰ ਹੈ ਤੇ ਪੁਲਿਸ ਵਾਲੇ ਕੈਮਰੇ ਤੋਂ ਬਚ ਰਹੇ ਨੇ। ਲੋੜ ਹੈ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਨ ਦੀ, ਤੇ ਕਸੂਰਵਾਰ ਵੀ ਸਾਹਮਣੇ ਆਉਣੇ ਚਾਹੀਦੇ ਨੇ। ਨਹੀਂ ਤਾਂ ਜੇਕਰ ਇਹਨਾਂ ਲੋਕਾਂ ਵੱਲੋਂ ਲਗਾਏ ਜਾ ਰਹੇ ਇਹਨਾਂ ਇਲਜ਼ਾਮਾਂ 'ਚ ਰੱਤੀ ਭਰ ਵੀ ਸੱਚਾਈ ਹੋਈ ਤਾਂ ਇੱਕ ਪਾਸੇ ਨਾ ਸਿਰਫ ਸਰਕਾਰ ਦੀ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ 'ਤੇ ਸਵਾਲੀਆ ਨਿਸ਼ਾਨ ਲੱਗ ਜਾਏਗਾ, ਸਗੋਂ ਦੂਜੇ ਪਾਸੇ ਜੇਕਰ ਇਸ ਪਰਿਵਾਰ ਨੇ ਵੀ ਦਿੱਤੀ ਜਾ ਰਹੀ ਧਮਕੀ ਮੁਤਾਬਕ ਕੋਈ ਪੁੱਠਾ ਸਿੱਧਾ ਕਦਮ ਚੁੱਕ ਲਿਆ ਤਾਂ ਪੁਲਿਸ ਵਾਲਿਆਂ ਦੇ ਨਾਲ ਨਾਲ ਇਹਨਾਂ ਦੇ ਵਿਰੋਧੀਆਂ ਨੂੰ ਵੀ ਲੈਣੇ ਦੇਣੇ ਪੈ ਸਕਦੇ ਨੇ, ਜਿਸ ਦਾ ਹਕੀਕਤ ਟੀਵੀ ਪੰਜਾਬੀ ਕਦੇ ਵੀ ਸਮਰਥਨ ਨਹੀਂ ਕਰਦਾ। ਹਕੀਕਤ ਟੀਵੀ ਪੰਜਾਬੀ ਲਈ ਫਤਿਹਗੜ੍ਹ ਸਾਹਿਬ ਤੋਂ ਬਹਾਦਰ ਸਿੰਘ ਟਿਵਾਣਾ ਦੀ ਰਿਪੋਰਟ।